ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਿਰਨਦੀਪ ਸਿੰਘ ਰਾਜ ਅਤੇ ਦੋਸਤੋ ਅੱਜ ਮੈਂ ਫਿਰ ਤੁਹਾਡੇ ਲਈ ਇੱਕ ਘੈਂਟ ਵਲੌਗ ਲੈ ਕੇ ਆਇਆ ਅਤੇ ਅੱਜ ਆਪਾਂ ਤੁਹਾਨੂੰ ਇੱਕ ਅਲੱਗ ਕਨਸੈਪਟ ਅਤੇ ਬਹੁਤ ਹੀ ਘੈਂਟ ਕਨਸੈਪਟ ਦਿਖਾਵਾਂਗੇ ਅਤੇ ਅੱਜ ਆਪਾਂ ਤੁਹਾਨੂੰ ਰੈਬਿਟ ਫਾਰਮਿੰਗ ਬਾਰੇ ਥੋੜ੍ਹੀ ਜਿਹੀ ਨੌਲੇਜ ਦੇਵਾਂਗੇ ਅਤੇ ਭਾਅ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ ਵੀ ਦੱਸਾਂਗੇ ਕਿ ਰੈਬਿਟ ਫਾਰਮਿੰਗ ਕਿਵੇਂ ਹੁੰਦੀ ਹੈ ਸਾਰਾ ਕੁਛ, ਅਤੇ ਆ ਜਾਓ ਫਿਰ ਭਾਅ ਜੀ ਨਾਲ ਗੱਲਬਾਤ ਕਰਦੇ ਹਾਂ। ਤੇ ਦੋਸਤੋ ਸਾਡੇ ਨਾਲ ਨੇ ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਵੀ ਜੀ ਠੀਕ ਠਾਕ ਜੀ? ਵੀ ਜੀ ਮੈਨੂੰ ਐਂ ਦੱਸੋ ਵੀ ਤੁਸੀਂ ਕਿਵੇਂ ਸੋਚਿਆ ਵੀ ਰੈਬਿਟ ਫਾਰਮਿੰਗ ਵੱਲ ਨੂੰ ਹੀ ਜਾਣਾ ਜੀ? ਵੀ ਜੀ ਪਹਿਲਾਂ ਤਾਂ ਮੈਂ ਯੂਟਿਊਬ ਤੇ ਚੈਨਲ ਤੇ ਦੇਖਦਾ ਰਹਿੰਦਾ ਸੀਗਾ ਜੀ। ਹਾਂਜੀ। ਤੇ ਆ ਬੱਚਿਆਂ ਨੇ ਸਾਡਿਆਂ ਨੇ ਜਿੱਦ ਕੀਤੀ ਹੋਈ ਸੀ। ਅੱਛਾ ਜੀ। ਰੈਬਿਟ ਲੈਣਾ, ਮੈਂ ਦੋ ਪੀਸ ਲੈ ਕੇ ਆਇਆ ਸੀਗਾ। ਅੱਛਾ ਜੀ। ਉਹਨਾਂ ਨਾਲ ਇਹਨਾਂ ਲਗਾਓ ਜਾ ਹੋਇਆ ਵੀ ਚਲੋ ਬਿਜ਼ਨਸ ਵੱਲ ਨੂੰ ਮੂਡ ਹੋ ਗਿਆ, ਫਿਰ ਚਲੋ ਆਪਾਂ ਕੰਮੇ ਸ਼ੁਰੂ ਕਰਕੇ ਦੇਖਦੇ ਫਿਰ। ਠੀਕ ਹੈ ਜੀ। ਇੱਕ ਮੈਨੂੰ 1 ਸਾਲ ਹੋ ਗਿਆ ਜੀ ਕੰਮ ਸ਼ੁਰੂ ਕੀਤੇ ਨੂੰ। ਓਕੇ। ਤੇ ਭਾਜੀ ਮੈਂ ਸਟਾਰਟਿੰਗ ਸੀਗੀ, ਤੁਸੀਂ ਕਿੱਥੋਂ ਲੈ ਕੇ ਆਏ ਸੀ ਇਹ? ਮੈਂ ਜੀਂਦ ਤੋਂ ਲੈ ਕੇ ਆਇਆ ਸੀ। ਅੱਛਾ, ਜੀਂਦ ਤੋਂ ਲੈ ਕੇ ਆਏ ਸੀ। ਜੀਂਦ ਪੈਰਾਡਾਈਸ ਕੰਪਨੀ ਹੈ ਜੀ। ਹਾਂਜੀ ਹਾਂਜੀ। ਉਹਨਾਂ ਨਾਲ ਮੇਰਾ 5 ਸਾਲ ਦਾ ਐਗਰੀਮੈਂਟ ਹੈ ਜੀ। ਓਕੇ। ਉਹਨਾਂ ਤੋਂ ਲੈ ਕੇ ਆਇਆ ਸੀ। ਠੀਕ ਹੈ ਠੀਕ ਹੈ। ਤੇ ਫਿਰ ਕਿਵੇਂ ਲੈ ਕੇ ਆਏ, ਕਿੰਨਾ ਪੇਅਰ ਆਏ, ਕਿਸ ਹਿਸਾਬ ਨਾਲ? ਇਹ ਵੀ ਕਿ ਆਪਾਂ 10 ਜੁੰਟਾ ਲੈ ਕੇ ਆਏ ਸੀਗੇ। ਅੱਛਾ। 1 ਜੁੰਟੇ ਦੇ 10 ਪੀਸ ਨੇ। ਓਕੇ ਓਕੇ। ਯਾਨੀ 100 ਲੈ ਕੇ ਆਏ ਜੀ, ਜਿਹਦੇ 70 ਫੀਮੇਲ। ਅੱਛਾ ਜੀ। ਤੇ 30 ਮੇਲ ਨੇ। ਓਕੇ। ਹਾਂ ਜੀ ਠੀਕ ਹੈ। ਤੇ ਸਭ ਕੁਝ ਕੰਪਲੀਟ ਹੋਈ ਦਿੰਦੇ ਨੇ ਪਹਿਲੀ ਵਾਰ, ਜਿਵੇਂ ਪਿੰਜਰੇ ਹੋਏ, ਇਹਨਾਂ ਦੇ ਮੈਡੀਸਨ ਹੋਈ, ਪੌਲੀਆਂ ਵਗੈਰਾ ਤੇ ਟ੍ਰੇਨਿੰਗ। ਓਕੇ ਓਕੇ। ਤਾਂ ਪੂਰਾ ਪੈਕੇਜ ਉਹਨਾਂ ਕੋਲੇ ਹੁੰਦਾ ਜੀ? ਪੈਕੇਜ ਉਹਨਾਂ ਕੋਲੇ ਹੁੰਦਾ। ਠੀਕ ਹੈ ਜੀ। ਤੇ ਕਿੰਨੀ ਬਰੀਡਸ ਨੇ ਇਸ ਟਾਈਮ ਆਪਣੇ ਕੋਲ? ਇਹ ਆਪਣੇ ਕੋਲ 6 ਪ੍ਰਕਾਰ ਦੇ। 6 ਹੈ ਜੀ। ਕਿਹੜੇ ਕਿਹੜੇ ਹੋਏ ਜੀ ਇਸ ਵਿੱਚ? ਇਹਦੇ ਤੇ ਹੈ ਜੀ ਨਿਊਜ਼ੀਲੈਂਡ। ਤੁਸੀਂ ਮੈਨੂੰ ਦਿਖਾ ਦਿਓ ਨਾਲ ਜੀ। ਹਾਂ ਜੀ ਬਿਲਕੁਲ। ਹਾਂ ਜੀ। ਇਹ ਹੈ ਜੀ ਲਾਲ ਅੱਖਾਂ ਵਾਲਾ। ਅੱਛਾ ਜੀ। ਨਿਊਜ਼ੀਲੈਂਡ। ਠੀਕ ਹੈ। ਅੱਛਾ ਜੀ। ਇਹਦੇ ਚ ਮਤਲਬ ਇਹ ਤਾਂ ਸੇਮ ਸੇਮ ਜੇ ਲੱਗਦੇ ਆ ਨਾ, ਤੇ ਕੀ ਫਰਕ ਹੁੰਦਾ ਜੀ? ਇਹਦੇ ਫਰਕ ਇਹ ਜੀ, ਇਹਦੇ ਕੰਨ, ਪੰਜੇ, ਨੱਕ ਤੇ ਪੂੰਛ। ਓਕੇ। ਇਹ ਸਰਦੀਆਂ ਚ ਕਾਲੀ ਹੋ ਜਾਣੀ ਬਿਲਕੁਲ। ਅੱਛਾ, ਜਿਵੇਂ ਹੁਣ ਵੀ ਥੋੜਾ ਪੂਰਾ ਪੂਰਾ ਰੰਗ ਹੋਇਆ ਹੋਇਆ ਹਨਾ? ਇਹ ਹੁਣ ਵਾਈਟ ਹੋਣਾ ਸ਼ੁਰੂ ਹੋਏ ਵੇ ਜੀ। ਓਕੇ ਓਕੇ। ਗਰਮੀਆਂ ਚ ਪੂਰੇ ਵਾਈਟ ਹੋ ਜਾਂਦੇ ਤੇ ਸਰਦੀਆਂ ਚ ਚਾਕਲੇਟ ਬਲੈਕ ਕਲਰ ਹੋ ਜਾਂਦਾ ਇਹਨਾਂ। ਓਕੇ 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 ਠੀਕ ਹੈ ਠੀਕ ਹੈ ਜੀ। ਇਹ ਹੈ ਜੀ ਗ੍ਰੇ ਕਲਰ। ਕਿਹੜੀ ਬਰੀਡ ਕਹੀ ਹੈ? ਗ੍ਰੇ ਚਲਚ। ਅੱਛਾ ਠੀਕ ਹੈ। ਹੁਣ ਇਹ ਸਭ ਤੋਂ ਵੱਡੇ ਹੋਏ ਵੇ ਨਹੀਂ, ਇਹ ਫੀਮੇਲ ਨਹੀਂ ਹੈ? ਫੀਮੇਲ ਹੈ। ਓਕੇ ਓਕੇ ਓਕੇ। ਤਾਂ ਅਸੀਂ ਲੈ ਕੇ ਆਏ ਯਾਨੀ ਬੱਚੇ ਲਈ ਦਾ। ਠੀਕ ਹੈ ਜੀ। ਤੇ ਹੋਰ ਇਹਨਾਂ ਤੇ ਉਹ ਜਿਹੜਾ ਬ੍ਰਾਊਨ ਹੈ ਉਹ ਕਿਹੜੀ ਆ ਗਈ ਜੀ? ਇਹ ਉਹਦੇ ਜ਼ਿਆਦਾ ਆ ਜਾਂਦੇ ਜੀ, ਆਪਣੀ ਦੋ ਨਸਲਾਂ ਦੇਸੀ ਜਾ ਜਾਂਦੀਆਂ। ਅੱਛਾ। ਦੇਸੀ ਉਹ ਨਹੀਂ ਹੈ ਵੀ ਜਿਹੜੇ ਖੇਤਾਂ 'ਚ ਆਪਣਾ, ਇਹ ਆਪਣੇ ਇੰਡੀਆ ਤੋਂ ਤਿਆਰ ਕਰੇ ਗਈ। ਓਕੇ ਓਕੇ ਓਕੇ। ਇਹਨਾਂ ਨੂੰ ਗ੍ਰੇ ਵਾਈਟ ਹੈ। ਤੇ ਜਿਵੇਂ ਆ ਛੋਟੇ ਆ ਇਹਨਾਂ ਦੀ ਕੇਅਰ ਕਿਵੇਂ ਰੱਖਦੇ ਹੋ ਤੁਸੀਂ ਫਿਰ? ਛੋਟਿਆਂ ਦੀ ਜੀ 1 ਮਹੀਨਾ ਦੇ ਇਹਨਾਂ ਦੀ ਮਦਰ ਨਹੀਂ ਕੇਅਰ ਕਰਨੀ ਹੁੰਦੀ ਜੀ। ਅੱਛਾ ਜੀ। ਹਾਂ ਜੀ। ਅਸੀਂ 28 ਦਿਨ 30 ਦਿਨ ਇਹਨਾਂ ਦੀ ਮਦਰ ਨਾਲੇ ਛੱਡੀ ਦਾ ਇਹਨਾਂ। ਅੱਛਾ ਜੀ। ਤੁਸੀਂ ਛੋਟੇ ਵੀ ਦਿਖਾਇਓ ਕੋਈ ਨਾਲ ਨਾਲ, ਆਪਾਂ ਗੱਲ ਵੀ ਕਰਦੇ ਆ, ਦੇਖਦੇ ਵੀ ਆ। ਇਹ ਛੋਟੇ ਬੱਚੇ ਜੀ। ਇਹ ਤਾਂ ਮੈਨੂੰ ਲੱਗਦਾ ਜ਼ਿਆਦਾ ਡਰਦੇ ਨੇ ਹਨਾ ਜੀ? ਨਹੀਂ ਡਰਦੇ ਨਹੀਂ ਜੀ। ਹਾਂ ਜੀ। ਇਸ ਟਾਈਮ ਗਰਮੀ ਕਰਕੇ ਆਰਾਮ ਨਾਲ ਬੈਠੇ ਆ, ਹੁਣ ਇਹਨਾਂ ਨੇ ਖਾਣ ਦਾ ਟਾਈਮ ਹੋਣੇ ਵਾਲਾ ਬਸ। ਅੱਛਾ ਜੀ। ਕਿੰਨੀ ਦਿਨ ਚ ਕਿੰਨੀ ਵਾਰ ਉਹ ਪਾਣੀ ਫੀਡ ਪਾਣੀ? ਸਵੇਰੇ ਸ਼ਾਮ? ਸਵੇਰੇ ਸ਼ਾਮ ਇੱਕ ਟਾਈਮ ਫੀਡ। ਅੱਛਾ। ਤੇ ਇੱਕ ਟਾਈਮ ਹਰਾ ਚਾਰਾ। ਓਕੇ ਓਕੇ ਓਕੇ। ਤੇ ਜੇ ਭਾਜੀ ਮੈਂ ਹੋਰ ਪੁੱਛਣਾ ਸੀ ਵੀ ਫੀਡ ਇਹਦੀ ਕੋਈ ਸਪੈਸ਼ਲ ਹੁੰਦੀ ਹੈ? ਹਾਂਜੀ, ਇਹਦੀ ਫੀਡ ਅਸੀਂ ਆਪ ਤਿਆਰ ਕਰਾਉਂਦੇ ਜੀ ਚੱਕੀ ਦਾ। ਅੱਛਾ। ਉਹਦੇ 'ਚ ਕੈਲਸ਼ੀਅਮ ਵਗੈਰਾ ਪਾ ਕੇ, ਚੋਕਰ ਵਗੈਰਾ ਕਾਫੀ ਕੁਝ ਪਾਉਂਦੇ, 20-25। ਠੀਕ ਹੈ। ਜਾਂਦੀਆਂ। ਠੀਕ ਹੈ। ਬਣੀ ਬਣਾਈ ਵੀ ਮਿਲ ਜਾਂਦੀ ਆ। ਤੇ ਉਧਰੋਂ ਸਾਨੂੰ ਐਦੀ ਵੀ ਤੁਸੀਂ ਗਾਈਡੈਂਸ ਮਤਲਬ ਜਿਨ੍ਹਾਂ ਤੇ ਸਟਾਰਟਿੰਗ ਜਿੱਤੀ ਆ ਉਹਨਾਂ ਤੋਂ ਹੀ ਲਿੱਤੀ ਆ ਮਤਲਬ? ਹਾਂਜੀ ਹਾਂਜੀ। ਪਹਿਲੀ ਵਾਰ ਲਿੱਤੀ ਸੀਗੀ ਉਹਨਾਂ ਤੋਂ। ਅੱਛਾ ਜੀ। ਪਹਿਲੀ ਵਾਰ ਲਿੱਤੀ ਸੀ ਕਿਉਂਕਿ ਆਪਾਂ ਨੇ ਫਿਰ ਪਤਾ ਕਰਨਾ ਪੈਂਦਾ ਨਾ ਵੀ ਕਿੱਥੇ ਕੀ ਰੇਟ ਨੂੰ ਤੇ ਕੀ ਹੋਣਾ। ਹਾਂਜੀ ਹਾਂਜੀ। ਉਹਨਾਂ ਤੋਂ ਲਿੱਤੀ ਸੀ, ਉਸ ਤੋਂ ਬਾਅਦ ਅਸੀਂ ਆਪੇ ਤਿਆਰ ਕਰਾਈ। ਓਕੇ ਓਕੇ ਓਕੇ। ਠੀਕ ਹੈ ਠੀਕ ਹੈ। ਜਿੱਦਾਂ ਜਿੱਦਾਂ ਨੌਲੇਜ ਵੱਧਦੀ ਜਾਂਦੀ ਫਿਰ ਉਸ ਹਿਸਾਬ ਨਾਲ ਕੰਮ। ਤੇ ਕਿੰਨੇ ਟਾਈਮ ਬਾਅਦ ਤਿਆਰ ਹੋ ਜਾਂਦਾ ਇਹ? ਸਾਡੇ ਜਦੋਂ ਕੰਮ ਸ਼ੁਰੂ ਕੀਤਾ ਜੀ ਉਦੋਂ ਪਹਿਲੀ ਵਾਰ ਤਾਂ ਯਾਨੀ ਕਿ 6 ਮਹੀਨੇ ਲੱਗ ਗਏ ਜੀ। ਅੱਛਾ ਜੀ। ਹੁਣ ਤਾਂ ਜਿਹੜੀ ਕਿ 4 ਮਹੀਨੇ ਬਾਅਦ ਬੱਚਾ ਤਿਆਰ ਹੋ ਜਾਂਦਾ ਜੀ। ਓਕੇ ਓਕੇ। ਤੇ ਹਰ ਮਹੀਨੇ ਇਹਨਾਂ ਦੀ ਡਿਲੀਵਰੀ ਜਾਂਦੀ ਰਹਿੰਦੀ ਹੈ। ਅੱਛਾ ਜੀ। ਫਿਰ ਕੰਪਨੀ ਆਪੇ ਲੈ ਕੇ ਆਉਂਦੀ ਹੈ? ਕੰਪਨੀ ਆਪ ਲੈ ਜਾਂਦੀ ਹੈ। ਅੱਛਾ ਜੀ। ਕਾਲ ਕਰਦੀ ਨਾ ਉਹਨਾਂ ਨੂੰ। ਠੀਕ ਹੈ।
ਕੰਪਨੀ ਆਪ ਲੈ ਜੋ ਤੁਹਾਡੇ ਰੈਡੀ ਹੋ ਗਏ ਤੁਸੀਂ ਫੋਨ ਕਰਕੇ ਆਪੇ ਹੋ ਜਾਂਦਾ ਜੀ ਹੈ ਜੀ ਕਾਲ ਕਰਦਾ ਨਾ ਵੀ ਸਾਡੇ ਕੋਲ 100 ਪੀਸ ਤਿਆਰ ਹੋ ਗਏ ਜੀ 150 ਪੀਸ ਤਿਆਰ ਹੋ ਗਏ ਓਕੇ ਤੋਂ ਜਿੰਨੇ ਪੀਸ ਦੱਸਣੇ ਆਏ ਉਹਨਾਂ ਨੂੰ ਆ ਕੇ ਲੈ ਜਾਂਦੇ ਓਕੇ ਓਕੇ ਜੀ ਫਿਰ ਜਿਵੇਂ ਇਕੱਠੇ ਰਹਿੰਦੇ ਲੜਦੇ ਨਹੀਂ ਹੈ ਜੀ ਇਹ ਲੜਦੇ ਆ ਜੀ ਲੜਦੇ ਆ ਕਦੇ ਕੋਈ ਵੀ ਆਇਆ ਇਨਸਾਨ ਵੀ ਲੜਦੇ ਜੀ ਤੇ ਬੱਚੇ ਆ ਫਿਰ ਵੀ ਹਾਂ ਜੀ ਇਹ ਤਾਂ ਹੈ ਸਵੇਰੇ ਸ਼ਾਮ ਤੁਸੀਂ ਕੇਅਰ ਰੱਖਦੇ ਹੋ ਹਾਂਜੀ ਇਸ ਟਾਈਮ ਤਾਂ ਹਾਲੇ ਤਾਂ ਮੈਂ ਤੇ ਮੇਰੀ ਫੈਮਿਲੀ ਓਕੇ ਠੀਕ ਹੈ ਕਿਉਂਕਿ ਬੱਚਿਆਂ ਦੀ ਲੋਕਡਾਊਨ ਕਰਕੇ ਛੁੱਟੀਆਂ ਨੇ ਬੱਚੇ ਹੈਲਪ ਕਰ ਦਿੰਦੇ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਸਕੂਲ ਕਾਲ ਖੁੱਲ ਜਾਣਗੇ ਫਿਰ ਦੇਖਾਂਗੇ ਤੇ ਭਾਜੀ ਮੈਂ ਪੁੱਛਣਾ ਸੀ ਵੀ ਇਹਨੂੰ ਮਤਲਬ ਜਦੋਂ ਕੰਪਲੀਟ ਹੋ ਗਿਆ ਤੁਹਾਡਾ ਇਹ ਪੂਰਾ ਰੈਬਿਟ ਹੈ ਨਾ ਫਿਰ ਇਹ ਕਿੰਨੇ ਕੁ ਦਾ ਵਿਕਦਾ ਜੀ ਸਰ ਜੀ ਇਹ ਕੰਪਨੀ ਦਾ ਪਹਿਲੇ ਸਾਲ ਦਾ ਐਗਰੀਮੈਂਟ ਹੈਗਾ ਜੀ 250 ਰੁਪਇਆ ਕਿਲੋ ਓਕੇ ਠੀਕ ਹੈ ਉਸ ਤੋਂ ਬਾਅਦ ਹਰ ਸਾਲ 10% ਵਧਾਉਣ ਦੀ ਉਹਨਾਂ ਨੇ ਐਗਰੀਮੈਂਟ ਹੋਇਆ ਓਕੇ 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 ਤੇ ਬਾਹਰ ਆਪਾਂ ਵੇਚੀਦਾ ਹੈ ਜਿਵੇਂ ਹੁਣ ਇਹ ਛੋਟਾ ਬੱਚਾ ਹੈ ਹਾਂਜੀ 400 ਦਾ 500 ਦਾ ਪੀਸ ਦੇ ਇਹਨਾਂ ਨੇ ਪਾਲਣ ਵਾਸਤੇ ਲੈਣਾ ਇੱਕ ਦੋ ਪੀਸ ਠੀਕ ਹੈ ਠੀਕ ਉਹਨਾਂ ਨੂੰ 400-500 ਦਾ ਪੀਸ ਦੇ ਦਿੰਦੇ ਜਿਵੇਂ ਬਾਹਰ ਜਿਵੇਂ ਕੋਈ ਵੀ ਬੰਦੇ ਨੇ ਲੈਣਾ ਹੋਵੇ ਹਨਾ ਤੇ ਉਹਨਾਂ ਨੂੰ ਛੋਟੇ ਹੀ ਦਿੰਨੇ ਹੋ ਜਾਂ ਵੱਡੇ ਹੀ ਦਿੰਨੇ ਨਹੀਂ ਵੱਡਾ ਵੀ ਦੇ ਦਿੰਦੇ ਜੀ ਉਹ ਉਹਨਾਂ ਤੇ ਕਸਟਮਰ ਤੇ ਡਿਪੈਂਡ ਹੈ ਹਨਾ ਉਹ ਵੱਡਾ ਉਹਨਾਂ ਮਹਿੰਗਾ ਦੇ ਦਿੰਦੇ ਜੀ ਓਕੇ 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 ਠੀਕ ਹੈ ਛੋਟਾ ਤੇ ਛੋਟਾ ਜਿਆਦਾ ਕਰਕੇ ਛੋਟੇ ਲੈ ਕੇ ਜਾਂਦੇ ਜੀ ਅੱਛਾ ਜੀ ਕਿਉਂਕਿ ਛੋਟੇ ਨਾਲ ਨਾ ਫੈਮਿਲੀ 'ਚ ਘੁਲ ਮਿਲ ਜਾਣਾ ਜੀ ਨਹੀਂ ਇਹ ਤਾਂ ਹੈ ਸਹੀ ਵੱਡਾ ਹੋਏ ਬੰਦਾ ਉਹ ਡਰਦੇ ਵੀ ਹੈਗੇ ਤੇ ਭਾਜੀ ਮੈਂ ਇੱਕ ਗੱਲ ਹੋਰ ਪੁੱਛਣੀ ਜਿਵੇਂ ਆਪਾਂ ਘਰ 'ਚ ਕੋਈ ਪਾਲਤੂ ਕੁੱਤਾ ਰੱਖਦੇ ਹਾਂ ਹਨਾ ਉਹਦੇ ਆਪਾਂ ਇੰਜੈਕਸ਼ਨ ਲਵਾਉਂਦੇ ਹਾਂ ਇਹਨਾਂ ਦਾ ਵੀ ਕੋਈ ਸੇਨ ਹੁੰਦਾ ਜੀ ਇਹਨਾਂ ਨੂੰ ਕੋਈ ਉਹਦੀ ਲੋੜ ਨਹੀਂ ਹੈ ਠੀਕ ਹੈ ਵੈਸੇ ਕੋਈ ਡਰ ਪਿਆ ਨਹੀਂ ਹੁੰਦਾ ਨਾ ਕੋਈ ਇਹਨਾਂ ਨੂੰ ਖਤਰਨਾਕ ਬਿਮਾਰੀ ਹੁੰਦੀ ਹੈ ਜੀ ਅੱਛਾ ਇਹਨਾਂ ਨੂੰ ਕੋਈ ਇੰਨੀ ਖਤਰਨਾਕ ਉਹ ਨਹੀਂ ਹੈ ਇਹਨਾਂ ਨੂੰ ਵੱਧ ਵੱਧ ਦੋ ਤਿੰਨ ਪ੍ਰੋਬਲਮ ਆਉਂਦੀ ਹੈ ਜੀ ਇੱਕ ਜ਼ੁਕਾਮ ਬੁਖਾਰ ਅੱਛਾ ਤੇ ਲੂਜ਼ ਮੋਸ਼ਨ ਓਕੇ ਬੜੇ ਫਰਕ ਹੁੰਦਾ ਵੀ ਜਿਹੜਾ ਮੇਲ ਹੁੰਦਾ ਜਿਆਦਾ ਅਗਰੈਸਿਵ ਹੁੰਦਾ ਥੋੜਾ ਕਹਿ ਦਈਏ ਵੀ ਫੀਮੇਲ ਜ਼ਿਆਦਾ ਆਉਂਦੀ ਹੈ ਚਿੜਚਿੜੀ ਐਵੇਂ ਕੁਛ ਤਾਂ ਨਹੀਂ ਹੁੰਦਾ ਜੀ ਠੀਕ ਹੈ ਜੀ ਉਹ ਬਹੁਤ ਵਧੀਆ ਜੀ ਅਤੇ ਭਾਅ ਜੀ ਹੋਰ ਦੱਸੋ ਵੀ ਜਿਵੇਂ ਹੁਣ ਬਰੀਡਿੰਗ ਟਾਈਮ ਹੁੰਦਾ ਹੈ ਹੈ ਨਾ ਮਤਲਬ ਬਰਥ ਦੇਣਾ ਹੁੰਦਾ ਹੈ ਕਿਸੇ ਰੈਬਿਟ ਨੇ ਉਸ ਟਾਈਮ ਕੀ ਫੈਸਿਲਿਟੀ ਰੱਖਦੇ ਹੋ ਤੁਸੀਂ ਜੀ ਉਸ ਟਾਈਮ ਅਸੀਂ ਬੇਬੀ ਬੋਕਸ ਰੱਖੀ ਦਾ ਜੀ ਅੱਛਾ ਜੀ ਲੱਕੜ ਦੇ ਬੋਕਸ ਬਣਾਏ ਹੋਏ ਹੈ ਓਕੇ ਜਦੋਂ ਬੇਬੀ ਦੇਣ ਦਾ ਟਾਈਮ ਹੁੰਦਾ ਨਾ ਹਾਂਜੀ ਇੱਕ ਹਫ਼ਤਾ ਪਹਿਲਾਂ ਅਸੀਂ ਇਹ ਬੋਕਸ ਰੱਖ ਦਿੰਦਾ 5 ਦਿਨ ਪਹਿਲਾਂ ਓਕੇ ਓਕੇ ਫਿਰ ਇਹਨਾਂ ਨੇ ਆਪਣੇ ਖੁਦ ਇਹਨਾਂ ਨੇ ਆਪਣੇ ਬਾਲ ਵਗੈਰਾ ਵਿੱਚ ਰੱਖ ਕੇ ਇਹਨਾਂ ਨੇ ਉਹਦੇ ਵਿੱਚ ਬੱਚੇ ਦੇਣੇ ਅੱਛਾ ਜੀ ਠੀਕ ਹੈ ਆਪਣੇ ਆਪ ਨੂੰ ਕੰਫਰਟੇਬਲ ਜਿਹਾ ਕਰਕੇ ਜਦੋਂ ਕਰ ਦੇਣਾ ਬੱਚਿਆਂ ਵਾਸਤੇ ਬਿਲਕੁਲ ਇਹਨਾਂ ਨੇ ਉਹ ਸੇਫਟੀ ਉਹ ਬਣਾ ਕੇ ਨਾ ਠੀਕ ਹੈ ਉਹਦੇ ਵਿੱਚ ਬੱਚੇ ਦਿੰਦੇ ਜੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਵੀ ਇਹਨਾਂ ਦੀ ਏਜ ਕਿੰਨੀ ਕੁ ਹੁੰਦੀ ਹੈ ਜੀ ਰੈਬਿਟਸ ਦੀ ਏਜ ਸਰ ਜੀ 6 ਇਅਰ 7 ਇਅਰਸ 6-7 ਇਅਰਸ ਕੱਢ ਜਾਂਦੇ ਨੇ 5 ਇਅਰ ਤੱਕ ਬੱਚੇ ਦਿੰਦੀ ਹੈ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਬੱਚੇ ਦੇਣੇ ਬੰਦ ਕਰ ਦਿੰਦੀ ਹੈ ਓਕੇ ਤੇ ਮੈਨੂੰ ਹੋਰ ਗੱਲ ਦੱਸੋ ਜਿਵੇਂ ਹੁਣ ਸਰਦੀਆਂ ਹੁੰਦੀਆਂ ਨੇ ਹਨਾ ਫਿਰ ਕੀ ਫੈਸਿਲਿਟੀ ਰੱਖਦੇ ਹੋ ਸਰਦੀਆਂ ਨੂੰ ਵੀਰ ਜੀ ਇਹਨਾਂ ਨੂੰ ਚਾਰੇ ਪਾਸੇ ਤੇ ਕਵਰ ਕਰਦੀ ਹੈ ਜੀ ਓਕੇ ਆਪਣੇ ਫਾਰਮ ਨੂੰ ਅੱਛਾ ਜੀ ਚਾਰੇ ਪਾਸੇ ਉਹ ਤਰਪਾਲਾਂ ਨਾਲ ਕਵਰ ਕਰ ਦਿੰਦੇ ਆ ਅੰਦਰ ਬੜੇ ਵੱਲੋਂ ਲਾ ਦਈਦਾ ਜੀ 200 ਵਾਟ ਦਾ ਵੱਲੋਂ ਓਕੇ ਓਕੇ ਬੜੇ ਵੱਲੋਂ ਵੀ ਤਾਂ ਕਿ ਉਹਨਾਂ ਨੂੰ ਥੋੜੀ ਜਿਹੀ ਡੈਮੇਜ ਜੀ ਰਹੇ ਠੀਕ ਹੈ ਤੇ ਮਤਲਬ ਪੂਰੀ ਹੀਟ ਰਹਿੰਦੀ ਅੰਦਰ ਹਨਾ ਥੋੜੀ ਜਿਹੀ ਹੀਟ ਰੱਖੀ ਆ ਓਕੇ ਓਕੇ ਠੀਕ ਹੈ ਹੁਣ ਜਿਵੇਂ ਗਰਮੀਆਂ ਚੱਲਦੀਆਂ ਨੇ ਹੁਣ ਲਾਏ ਹੋਏ ਜੀ ਠੀਕ ਹੈ ਗਰਮੀ 'ਚ ਫੈਨ ਲਾ ਦਈਦਾ ਤੇ ਉਹ ਹੁਣ ਲੋਕਡਾਊਨ ਕਰਕੇ ਪ੍ਰੋਬਲਮ ਆਈ ਹੈ ਮੈਂ ਡ੍ਰੌਪ ਪੈਪ ਲਿਆ ਕੇ ਓਕੇ ਓਕੇ ਉਹਦਾ ਵੀ ਸਿਸਟਮ ਕਰਨਾ ਸੀਗਾ ਅੱਛਾ ਹੁਣ ਲੋਕਡਾਊਨ ਕਰਕੇ ਮੈਨੂੰ ਉਹ ਮਿਲੀ ਨਹੀਂ ਓਕੇ ਓਕੇ ਕਦੇ ਏਰੀਆ ਜਾ ਨਹੀਂ ਰਹੇ ਹੋ ਅੱਛਾ ਜੀ ਡ੍ਰੌਪ ਪੈਪ ਓਕੇ ਓਕੇ ਉਹਦੇ ਕਰਕੇ ਫਿਰ ਪੱਲੀ ਲਾ ਕੇ ਨਾ
ਚਾਰੇ ਪਾਸੇ ਉਹ ਗਿੱਲੀ ਰਹਿੰਦੀ ਫਿਰ ਠੰਡੀ ਹਵਾ ਆਉਂਦੀ ਜੀ ਜਿਹੜੀ ਆਪਣੀ ਗਰਮ ਲੋ ਚੱਲਦੀ ਹੈ ਨਾ ਉਹ ਫਿਰ ਠੰਡੀ ਹੋ ਕੇ ਅੰਦਰ ਆਉਂਦੀ ਠੀਕ ਹੈ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਭਾਜੀ ਵੀ ਜਿਵੇਂ ਆਪਣਾ ਪੰਜਾਬ ਆ ਨਾ ਪੰਜਾਬ ਸਾਈਡ ਮੈਨੂੰ ਲੱਗਦਾ ਇਸ ਚੀਜ਼ ਦੀ ਫਾਰਮਿੰਗ ਘੱਟ ਹੈ ਹਲੇ ਘੱਟ ਹੈ ਜੀ ਹਨਾ ਹੁਣ ਚੱਲ ਪਿਆ ਕੰਮ ਓਕੇ ਹੁਣ ਬਹੁਤ ਜਣਿਆਂ ਨੇ ਖੋਲੇ ਹੈ ਠੀਕ ਹੈ ਪਰ ਜ਼ਿਆਦਾ ਕਰਕੇ ਹਰਿਆਣੇ 'ਚ ਹੈ ਜ਼ਿਆਦਾ ਹਰਿਆਣਾ 'ਚ ਜ਼ਿਆਦਾ ਹਰਿਆਣੇ 'ਚ ਹੁਣ ਪੰਜਾਬ 'ਚ ਹੋ ਗਏ ਜੀ ਠੀਕ ਹੈ ਜਿੱਦਾਂ ਹੁਣ ਬਨੂੜ ਵੀ ਹੈਗਾ ਜੀ ਇੱਕ ਆਪਣਾ ਆਪਣੇ ਬੰਦੇ ਦਾ ਬਨੂੜ ਵੀ ਓਕੇ ਹਾਂ ਜੀ ਇੱਕ ਬਨੂੜ ਹੋ ਗਿਆ ਇੱਕ ਆਪਣਾ ਇੱਧਰ ਹੋ ਗਿਆ ਤੇ ਮੇਰੇ ਖਿਆਲ 'ਚ ਅੱਗੇ ਬਠਿੰਡੇ ਵੱਲ ਹੈਗੇ ਹਾਂਜੀ ਉੱਧਰ ਵੱਧ ਰਿਹਾ ਕੰਮ ਓਕੇ ਤੇ ਇੱਕ ਗੱਲ ਹੋਰ ਪੁੱਛਣੀ ਸੀ ਜਿਵੇਂ ਇਹਨਾਂ ਦੀ ਫੀਡ ਵਗੈਰਾ ਕਿੰਨੇ ਕੁ ਦੀ ਪੈ ਜਾਂਦੀ ਹੈ ਫੀਡ ਸਰ ਜੀ ਸਾਲ ਪਹਿਲਾਂ ਤਾਂ 2400 ਨੂੰ ਕੁਇੰਟਲ ਸੀਗੀ ਅੱਛਾ ਜੀ ਹੁਣ 2800 ਨੂੰ 2850 ਨੂੰ ਕੁਇੰਟਲ ਹੋ ਗਈ ਜੀ ਓਕੇ ਮਤਲਬ ਵੱਧਦੀ ਜਾ ਰਹੀ ਹੈ ਨਾ ਵੱਧਦੀ ਜਾ ਰਹੀ ਹੈ ਮਹਿੰਗਾਈ ਵੱਧਦੀ ਜਾ ਰਹੀ ਠੀਕ ਹੈ ਬਾਕੀ ਜਿਹੜੇ ਇਹਨੂੰ ਕਹਿ ਦਈਏ ਵੀ ਇਹ ਤੁਸੀਂ ਹਰਿਆਈ ਪਾਉਂਦੇ ਹੋ ਹਨਾ ਹਾਂ ਜੀ ਉਹ ਕਿਸ ਟਾਈਪ ਦੀ ਹੁੰਦੀ ਹੈ ਮਤਲਬ ਇਹ ਇਹਨਾਂ ਦਿਨਾਂ 'ਚ ਤਾਂ ਜੀ ਮੱਕੀ ਅਤੇ ਬਾਜਰਾ ਚੱਲਦਾ ਜੀ ਅੱਛਾ ਜੀ ਮੱਕੀ ਦੇ ਬਾਜਰਾ ਪਾ ਦਈਦਾ ਅਤੇ ਵੈਸੇ ਫਿਰ ਬਰਸੀਨ ਬਹੁਤ ਸ਼ੌਂਕ ਨਾਲ ਖਾਂਦੇ ਓਕੇ ਬਰਸੀਨ ਨੂੰ ਤਾਂ ਦੇੜ ਕੇ ਰੱਖ ਲੈਂਦੇ ਅੱਛਾ ਬਰਸੀਨ ਬੜੇ ਸ਼ੌਂਕ ਨਾਲ ਖਾਂਦੇ ਠੀਕ ਹੈ ਠੀਕ ਹੈ ਤੇ ਉਹ ਤਾਂ ਤੁਸੀਂ ਚਲ ਦੱਸ ਦਿੱਤਾ ਵੀ ਦੋ ਵਾਰ ਪਾਉਂਦੇ ਹੋ ਫੀਡ ਹੈ ਨਾ ਇੱਕ ਟਾਈਮ ਫੀਡ ਪਾਈਦਾ ਜੀ ਇੱਕ ਟਾਈਮ ਹਰਾ ਚਾਰਾ ਅੱਛਾ ਜਿੱਦਾਂ ਅਸੀਂ ਹੁਣ ਸ਼ਾਮ ਨੂੰ ਹਰਾ ਚਾਰਾ ਪਾਉਣਾ ਜੀ ਠੀਕ ਹੈ ਸਵੇਰ ਟਾਈਮ ਫੀਡ ਪਾਈਦਾ ਜੀ ਠੀਕ ਹੈ ਠੀਕ ਹੈ ਐਵੇਂ ਹੁੰਦਾ ਵੀ ਸਰਦੀਆਂ 'ਚ ਕੁਛ ਅੱਡ ਖੁਰਾਕ ਹੁੰਦੀ ਹੈ ਨਹੀਂ ਵੇਖ ਕੇ ਖੁਰਾਕ ਰਹਿਣੀ ਆ ਸਾਹਮਣੇ ਠੀਕ ਹੈ ਆਹ ਕੀ ਲਾਏ ਹੋਏ ਨੇ ਇਹਨਾਂ ਮੇਰੇ ਦੱਸੋ ਜੀ ਕੁਛ ਇਹ ਜੀ ਵਾਟਰ ਹੈ ਅੱਛਾ ਜੀ ਇਹਨਾਂ ਵਾਸਤੇ 24 ਘੰਟੇ ਪਾਣੀ ਰਹਿੰਦਾ ਵਾਟਰ ਨਿਪਲ ਹੈ ਜੀ ਓਕੇ ਪਾਣੀ ਦੀ ਥਿਆ ਲੱਗਦੀ ਇੱਥੋਂ ਪਾਣੀ ਪੀ ਲੈਂਦੇ ਆਪਣੇ ਆਪ ਅੱਛਾ ਹਾਂ ਜੀ ਇਹਨੂੰ ਫਿਰ ਮੂੰਹ ਲਾ ਕੇ ਨਾ ਹਾਂਜੀ ਹਾਂਜੀ ਪਾਣੀ ਪੀ ਲੈਂਦੇ ਠੀਕ ਹੈ ਵੈਸੇ ਉਹ ਦੇਖਿਆ ਜਾਵੇ ਇਹਨਾਂ ਨੂੰ ਵੀ ਪੂਰੀ ਸਮਝ ਹੁੰਦੀ ਹੈ ਹਨਾ ਵੀ ਆਟੋਮੈਟਿਕ ਇੰਨੀ ਨੌਲੇਜ ਆ ਇਹਨਾਂ ਨੂੰ ਪੁੱਛਣਾ ਹੀ ਕੁਛ ਅੱਛਾ ਜੀ ਇਹਨਾਂ ਨੂੰ ਵੀ ਅਸੀਂ ਬੱਚਾ ਕਿੱਦਾਂ ਦੇਣਾ ਕੀ ਕਿਹੜੀ ਚੀਜ਼ ਲੱਗੀ ਹੋਈ ਹੈ ਕਾਹ ਵਾਸਤੇ ਹੈ ਓਕੇ ਪਤਾ ਨਹੀਂ ਕਿੱਥੋਂ ਇਹ ਕੁਦਰਤੀ ਰੱਬ ਵੱਲ ਤੋਂ ਇੰਨਾ ਦਿਮਾਗ ਹੈ ਇਹਨਾਂ ਦਾ ਬਿਮਾਰ ਹੁੰਦੇ ਅੱਛਾ ਜੀ ਇਹਦੇ ਨਾਲ ਤਾਂ ਫਾਇਦਾ ਹੁੰਦਾ ਜੀ ਸੌਂਕਾ ਓਕੇ ਰੱਖੇ ਵੀ ਬਹੁਤ ਘੱਟ ਫਾਰਮ ਵਾਲੇ ਨੇ ਵੈਸੇ ਹਾਂਜੀ ਹਾਂਜੀ ਇਹਦੇ ਨਾਲ ਇੱਦਾਂ ਜੀ ਨੀਚੇ ਜਿਹੜੀ ਫੀਡ ਫੂਡ ਗਿਰਦੀ ਹੈ ਜਾਂ ਕੀੜਾ ਮਕੌੜਾ ਜਿਹੜਾ ਪੈਦਾ ਹੁੰਦਾ ਇਹ ਖਤਮ ਕਰੀ ਜਾਂਦੇ ਸਾਨੂੰ ਕੋਈ ਬਿਮਾਰੀ ਦਾ ਡਰ ਨਹੀਂ ਰਹਿੰਦਾ ਥੱਲੇ ਅੱਛਾ ਇਹ ਡਬਲ ਫਾਇਦਾ ਹੋ ਜਾਂਦਾ ਜੀ ਨਾਲੇ ਬੈਨੀਫਿਟ ਦੇਈ ਜਾਂਦੀ ਹੈ ਜੀ ਹੈਨਾ ਇੱਕ ਤਾਂ ਇਹ ਫ੍ਰੀ ਚ ਪਲੀ ਜਾਂਦੀਆਂ ਹਾਂਜੀ ਹਾਂਜੀ ਕਿਉਂਕਿ ਇਹਨਾਂ ਦੇ ਜਿਹੜੀ ਬੱਚਿਆਂ ਨੇ ਫੀਡ ਗਿਰੀ ਵੀ ਹੁੰਦੀ ਹੈ ਇਹ ਖਾ ਲੈਂਦੀਆਂ ਓਕੇ ਤੇ ਦੂਜਾ ਫਿਰ ਨਾਲੇ ਇਹਨਾਂ ਤੋਂ ਆਂਡੇ ਮਿਲਦੇ ਨਾਲੇ ਬਿਮਾਰੀ ਖਤਮ ਕਰਦੀਆਂ ਜੀ ਇਹ ਤਾਂ ਖਤਮ ਕਰਦੀਆਂ ਜੀ ਬਿਮਾਰੀ ਤੋਂ ਠੀਕ ਹੈ ਜੀ ਤੁਸੀਂ ਇਹ ਕਿੰਨੇ ਕੁ ਰੱਖੇ ਹੋਏ ਨੇ ਮੈਂ ਤਾਂ ਜੀ 100 ਕੁ ਪੀਸ ਰੱਖਿਆ ਸੀਗਾ ਹਾਂਜੀ ਹਾਂਜੀ ਹੁਣ ਤਾਂ 20 ਰਹਿ ਗਏ ਵਿੱਗੇ ਮੇਰੇ ਓਕੇ ਲੋਕੀ ਲਿਜਾਈ ਜਾਂਦੇ ਨੇ ਠੀਕ ਹੈ ਠੀਕ ਚਿਕਨ ਵੀ ਚੀਜ਼ ਸੀ ਵਿੱਚ ਮੇਰੇ ਯਾਨੀ ਕਿ ਤੇ ਬਾਕੀ ਹੁਣ 20 ਕੁ ਮੈਂ ਫੀਮੇਲ ਰੱਖੀਆਂ ਵੀ ਠੀਕ ਹੈ ਆਂਡੇ ਉਂਡੇ ਵਾਸਤੇ ਠੀਕ ਹੈ ਜੀ ਤੇ ਜਿਵੇਂ ਮੈਂ ਇੱਕ ਗੱਲ ਪੁੱਛਣੀ ਸੀ ਜਿਵੇਂ ਆਪਾਂ ਰੈਬਿਟ ਫਾਰਮਿੰਗ ਹੈ ਹਨਾ ਤੇ ਇਸ ਲੈਵਲ ਤੇ ਦੇਖੀਏ ਵੀ ਇਹ ਬੈਨੀਫਿਟ ਦਿੰਦੀ ਹੈ ਇਹ ਬੈਨੀਫਿਟ ਦਿੰਦੀ ਹੈ ਜੀ ਦਿੰਦੀ ਹੈ ਜੀ ਉਹ ਗੱਲ ਵੱਖਰੀ ਹੈ ਚਲੋ ਵੀ ਹੁਣ ਆਪਣਾ ਲੋਕਡਾਊਨ ਚੱਲਦਾ ਪਿਆ ਹਨਾ ਉਹ ਤਾਂ ਪੂਰੇ ਕਹਿ ਦਈਏ ਵੀ ਪੂਰੇ ਇੰਡੀਆ ਨੂੰ ਲਾ ਲਓ ਜਾਂ ਕਿਤੇ ਵੀ ਲਾ ਲਓ ਘੱਟ ਚੱਲਦਾ ਪਿਆ ਕੰਮ ਮੈਂ ਸਾਲ 'ਚ ਸਾਲ ਹੋ ਗਿਆ ਮੈਨੂੰ ਸਾਲ 'ਚ ਮੇਰੇ ਕੋਲੋਂ 4 ਵਾਰ ਬੱਚੇ ਗਏ ਜੀ ਓਕੇ 4 ਵਾਰ ਬੱਚੇ ਗਏ ਹੈ ਤੇ ਲੋਕਡਾਊਨ ਕਰਕੇ ਉਹ ਵੀ ਲੇਟ ਹੁੰਦੇ ਰਹੇ ਠੀਕ ਹੈ ਕਿਉਂਕਿ ਹੁਣ ਜਦੋਂ ਲੋਕਡਾਊਨ ਲੱਗ ਗਿਆ ਨਾ ਅੱਗੇ ਕੰਪਨੀ ਆ ਸਕਦੀ ਨਾ ਹੀ ਅੱਗੇ ਵੇਚ ਸਕਦੇ ਸੀਗੇ ਉਹ ਠੀਕ ਹੈ ਕੰਪਨੀ ਦਾ ਕੋਈ ਕਸੂਰ ਨਹੀਂ ਇਹਦੇ 'ਚ ਪਰ ਲੋਕਡਾਊਨ ਹੁਣ ਉਹ ਤਾਂ ਸਾਰੇ ਵਾਸਤੇ ਹੈ ਤੇ ਮੈਨੂੰ 35-40 ਹਜ਼ਾਰ ਰੁਪਇਆ ਮਹੀਨੇ ਦਾ ਫਿਰ ਵੀ ਆਈ ਗਿਆ ਓਕੇ ਓਕੇ ਯਾਨੀ ਕਿ ਚਲੋ ਉਹ ਗੱਲ ਇਹਦੀ ਆ ਵੀ ਉਹਦੇ 'ਚੋਂ ਬੱਚਤ ਨਹੀਂ ਹੋਈ ਨਹੀਂ ਉਹ ਤਾਂ ਹੈ ਵੀ ਇਹਨਾਂ ਨੂੰ ਵੀ ਤਾਂ ਖਰਚਾ ਪਾਣੀ ਹੋਣਾ ਇਹਨਾਂ ਦੀ ਖਰਚਾ ਪਾਣੀ ਨਿਕਲ ਗਿਆ ਜੀ ਠੀਕ ਹੈ 35-40 ਹਜ਼ਾਰ ਰੁਪਇਆ ਮੈਨੂੰ ਮਹੀਨੇ ਦਾ ਆਉਣਾ ਸ਼ੁਰੂ ਹੋ ਗਿਆ ਸੀਗਾ ਪਰ ਲੋਕਡਾਊਨ ਕਰਕੇ ਫਿਰ ਇਹ ਸਾਰਾ ਹੁਣ 3 ਮਹੀਨੇ ਬੇਬੀ ਲੈਣੇ ਬੰਦ ਕੀਤੇ ਹੋਏ ਸੀਗੇ ਇਹਨਾਂ ਦੇ ਜੀ 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 ਫਿਰ ਉਹ ਵੀ ਹੁਣ ਉਹ 3 ਮਹੀਨੇ ਕਿੱਥੇ ਬਰਾਬਰ ਰਹਿਣੇ ਜੀ ਹਾਂਜੀ ਇਹ ਤਾਂ ਹੈ ਹੀ ਆ ਸਹੀ ਗੱਲ ਉਹ 3 ਮਹੀਨੇ ਘੱਟ ਵੀ ਯਾਨੀ ਕਿ ਬੈਨੀਫਿਟ ਹੈਗਾ ਬੈਨੀਫਿਟ ਹੈ ਥੋੜਾ ਟਾਈਮ ਲੱਗਦਾ ਠੀਕ ਹੈ ਕੋਈ ਵੀ ਨਵੇਂ ਫਾਰਮਿੰਗ ਮਾ ਉਹ ਤਾਂ ਆਬਵੀਅਸ ਹੈ 6 ਮਹੀਨੇ ਸਾਲ ਸੈਟਿੰਗ ਹੋਣ ਨੂੰ ਲੱਗਦੀ ਜੀ 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 ਫਿਰ ਤੁਹਾਨੂੰ ਨੌਲੇਜ ਵੀ ਗੇਨ ਹੋਣੀ ਆ ਨਾ ਵੀ ਤੁਸੀਂ ਨੌਲੇਜ ਵਾਲੇ ਵੀ ਜਿਹੜੇ ਟ੍ਰੇਨਿੰਗ ਲੈਂਦੇ ਆ ਜੀ ਹਾਂਜੀ ਟ੍ਰੇਨਿੰਗ ਲੈਣ ਦਾ ਤੇ ਖੁਦ ਕਰਨ ਦਾ ਬਹੁਤ ਫਰਕ ਹੈ ਇਹ ਤਾਂ ਹੈ
ਜਿੱਦਾਂ ਜਿੱਦਾਂ ਆਪਾਂ ਕਰੀ ਜਾਣਾ ਨੌਲੇਜ ਵਧੀ ਜਾਣੀ ਜੀ। ਇਹ ਤਾਂ ਹੈ ਵੀ ਕੀ ਕਮੀ ਹੈ, ਬੱਚੇ ਕਿਉਂ ਮਰ ਰਹੇ, ਕਦੋਂ ਕੀ ਇਹ ਕੀ ਪ੍ਰੋਬਲਮ ਆ ਰਹੀ ਹੈ, ਬਿਮਾਰੀ ਕੀ ਆ ਰਹੀ ਹੈ, ਠੀਕ ਹੈ, ਇਹ ਕਰਕੇ ਪਤਾ ਲੱਗਦਾ ਜੀ। ਇਹ ਤਾਂ ਹੈ ਸਹੀ ਗੱਲ, ਉਹਨਾਂ ਨੇ ਤਾਂ ਸਿਖਾ ਦੇਣਾ ਜੀ, ਆਪਣੇ ਦੇਖ ਲੈਣਾ, ਦਵਾਈਆਂ ਸਮਝ ਲੈਣੀਆਂ, ਲਿਖ ਲੈਣੀਆਂ, ਉਹਨਾਂ ਨੇ ਆਪਣੀ ਟ੍ਰੇਨਿੰਗ ਦੇ ਦੇਣੀ, ਹਾਂਜੀ ਹਾਂਜੀ, ਪਰ ਜਦੋਂ ਕਰਨਾ ਹੈ ਨਾ ਕਰਕੇ ਫਿਰ ਜ਼ਿਆਦਾ ਉਹ ਹੁੰਦਾ ਜੀ ਨੌਜਵਾਨੀ ਹੈ ਬੰਦੇ ਨੂੰ ਵੀ ਹਾਂ ਇਹ ਚੀਜ਼ ਏਦਾਂ ਇਹ ਏਦਾਂ, ਠੀਕ ਹੈ। ਸਟਾਰਟਿੰਗ 'ਚ ਸਤ ਬੱਚੇ ਸਾਡੇ ਬੱਚੇ ਮਰੇ ਵੀ ਬਹੁਤ, ਓਕੇ, ਸਟਾਰਟਿੰਗ ਕਿਉਂਕਿ ਇੰਨੀ ਨੌਲੇਜ ਨਹੀਂ ਸੀਗੀ, ਹਾਂਜੀ ਹਾਂਜੀ, ਮੰਨ ਲਓ 300 ਬੱਚਾ ਮੇਰੇ ਖਿਆਲ 'ਚ 150 ਮਰਿਆ ਹੋਣਾ, ਅੱਛਾ ਜੀ, ਅੱਧੋ ਅੱਧ ਸਟਾਰਟਿੰਗ 'ਚ, ਇੱਕ ਗਰਮੀ ਬਹੁਤ ਸੀਗੀ, ਹਾਂਜੀ ਹਾਂਜੀ ਹਾਂਜੀ, ਵੀ ਉੱਦਾਂ ਹੀ ਫਿਰ ਨੌਲੇਜ ਵੱਧਦੀ ਜਾਂਦੀ ਹੈ ਜੀ, ਉੱਦਾਂ ਹੀ ਡੈਥ ਵੇ ਕਮੀ ਹੋਈ ਹੈ, ਠੀਕ ਹੈ ਠੀਕ ਹੈ। ਅਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਇੰਨੀ ਨੌਲੇਜ ਦਿੱਤੀ ਸਾਨੂੰ, ਠੀਕ ਹੈ, ਤੇ ਜਿੰਨੀ ਕਿ ਆਂਦੀ ਸੀ ਕਿ ਜਿੰਨੀ ਕਿ ਹੈਗੀ ਸੀ ਕਿ ਉਨੀ ਕਿ ਦੇਤੀ ਜੀ। ਚਲੋ ਫਿਰ ਵੀ ਇਹ ਕਨਸੈਪਟ ਸਾਡੇ ਲਈ ਨਵਾਂ ਹੈ ਹਨਾ, ਪੂਰੇ ਕਹਿ ਦਈਏ ਪੰਜਾਬ ਲਈ ਵੀ ਥੋੜਾ ਨਵਾਂ ਹੈ ਹਨਾ, ਠੀਕ ਹੈ, ਕਿਉਂਕਿ ਇਹ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ ਚੀਜ਼ਾਂ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਓਕੇ, ਥੈਂਕ ਯੂ ਸਰ, ਬਾਏ। ਤੇ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਘੈਂਟ ਲੱਗਿਆ ਹੋਣਾ, ਆਉਣ ਵਾਲੇ ਵਲੌਗ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਮੇਰੇ ਚੈਨਲ ਦਾ ਨਾਮ ਹੈ ਕਿਰਨ ਨੇਸ਼ਨ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰਿਓ, ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨਦੀਪ ਰਾਏ ਵਲੌਗਸ, ਓਕੇ, ਪੀਸ ਆਊਟ।